ਦਾ ਸੀ ਇਸ ਫਸਲ ਵਿੱਚ ਮਾਸ਼ਾਅੱਲਾ ਵੀ ਅੱਜ ਬੜੀ ਹਰੀ ਭਰੀ ਲੱਗ ਰਹੀ ਹੈਗੀ ਸਾਰੀ ਜੀ। ਇਹਨਾਂ ਨੇ ਮਾਸ਼ਾਅੱਲਾ ਜੱਬੂ ਜਾਨ ਨੇ ਬਾਹਰ ਨਾਲ ਸਬਜ਼ੀ ਦੁਕਾਨ ਲਾਈ, ਅੱਜ ਫਰੈਸ਼ ਫਰੈਸ਼ ਤਾਜ਼ਾ ਸਬਜ਼ੀ ਹੈਗੀ, ਉਹ ਵੀ ਇੱਥੇ ਨਾ ਆਪਣਾ ਦਾਣਾ ਪਾਣੀ ਚੁੱਕਦੇ ਫਿਰਦੇ ਨਾ ਸਨੈਕ। ਤੇ ਇੰਤਜ਼ਾਰ ਦੀ ਗੜੀਆਂ ਜੀ ਖਤਮ। ਮੰਮੀ ਜਾਨ ਦਾ UK ਚ ਜਿਹੜਾ ਮੇਰੀ ਨਾਨੀ ਜਾਨ ਦੀ ਤਰਫੋਂ ਗਿਫਟ ਆਇਆ ਹੈਗਾ ਉਹ ਤੁਹਾਨੂੰ ਦਿਖਾਉਣ ਲੱਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲ ਤਾਂ ਮਾਮ ਭੈਣ ਭਾਈਆਂ ਦਾ, ਅਸੀਂ ਮਿਹਨਤ ਕਰਨੇ ਹਾਂ ਸਾਡੇ ਦੇਖਣ ਵਾਲ ਤਾਂ ਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆ ਗਏ। ਆਪਣਾ ਜੀ ਅੱਜ ਦਾ ਵਲਾਗ ਬੜਾ ਇੰਟਰਸਟਿੰਗ ਆਉਣਾ, ਅਸੀਂ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਮੁਕੰਮਲ ਵਾਚ ਕਰਨਾ ਹੈਗਾ। ਦਰਅਸਲ ਸੁਬਹ ਲਾਤਾ ਥੋੜ੍ਹਾ ਜਿਹਾ ਮਸਰੂਫ ਸੀਗਾ, ਫੋਨ ਜਿਹੜਾ ਨਾ ਇਹਦੀ ਰਿਪੇਅਰਿੰਗ ਕਰਾਉਣ ਗਿਆ ਹੈਗਾ, ਲੇਕਿਨ ਉਹਨਾਂ ਮਿਸਤਰੀਆਂ ਨੇ ਵੀ ਕਿਹਾ ਹੈਗਾ ਹਸਨ ਤੂੰ ਇਹਦੇ ਜਿਤਨਾ ਖਰਚਾ ਕਰਨਾ ਇਹਦੇ ਬਿਹਤਰ ਹੈ ਇਹਨੂੰ ਵੇਚ ਕੇ ਕੁਛ ਤੂੰ ਹੋਰ ਪੈਸੇ ਥੋੜ੍ਹੇ ਬਹੁਤੇ ਪਾ ਕੇ ਤੇ ਤੂੰ ਨਾ ਕੋਈ ਚੱਲਦਾ ਚੁਲਦਾ ਇਸੇ ਤਰ੍ਹਾਂ ਦਾ ਫੋਨ ਲੈ ਲੈ, ਕਿਉਂਕਿ ਇਹਦੇ ਨੇ ਪੈਨਲ ਦਾ ਹੀ ਮਸਲਾ ਹੈਗਾ, ਬੈਕ ਸਾਈਡ ਟੁੱਟੀ, ਕਹਿੰਦੇ ਵਿੱਚ ਹੀਟਅਪ ਵਗੈਰਾ ਆਉਂਦਾ, ਇਹਦੇ ਪੁਰਜ਼ੇ ਵਗੈਰਾ ਕਮਜ਼ੋਰ ਹੋ ਜਾਣ ਤੇ ਉਸ ਤੋਂ ਬਾਅਦ ਹੀਟਅਪ ਆਉਂਦਾ ਹੈਗਾ, ਤੇ ਇਹਦੀ ਬੈਕ ਸਾਈਡ ਮੈਂ ਚੇਂਜ ਕਰਾਉਣ ਗਿਆ, ਬੈਕ ਸਾਈਡ ਇਹਦੀ ਨਹੀਂ ਮਿਲੀ ਹੈਗੀ। ਮੇਰਾ ਦਿਲ ਸੀਗਾ ਪਿੱਛੋਂ ਤਾਂ ਰਿਪੇਅਰ ਹੁੰਦਾ ਨਾ, ਗੰਦਾ ਲੱਗਦਾ ਹੈਗਾ ਜਿਵੇਂ ਹੱਥ ਪਕੜੇ ਹੋਏ ਟੁੱਟੇ ਹੋਇਆ ਸਾਰਾ ਹੈਗਾ, ਬੈਕ ਸਾਈਡ ਇਹਦੀ ਪਾਣੀ ਵਗੈਰਾ ਪਵਨ ਦਾ ਖਤਰਾ ਹੈਗਾ, ਲੇਕਿਨ ਕੋਈ ਨਹੀਂ ਦੇਖਣੇ ਆਗੇ। ਉਹ ਭਾਈ ਹੋਰ ਕਹਿ ਰਹੇ ਸੀਗੇ 2-3 ਦਿਨਾਂ ਤੱਕ ਨਾ ਇਹਦੀ ਬੈਕ ਸਾਈਡ ਮੰਗਵਾ ਕੇ ਰੱਖਾਂਗਾ ਤੇ ਉਹ ਆ ਕੇ ਚੇਂਜ ਕਰਾ ਲਵੀ, ਤਕਰੀਬਨ 2,000-2,500 ਰੁਪਏ ਉਹਦਾ ਖਰਚਾ ਹੋਵੇਗਾ, ਬਾਕੀ ਜਿਹੜਾ ਹੈਗਾ ਰਿਪੇਅਰ ਨਹੀਂ ਹੋ ਸਕਦਾ ਹੈਗਾ। ਕੋਈ ਨਹੀਂ, ਇਨਸ਼ਾਅੱਲਾ ਤਾਲਾ ਅੱਲਾ ਪਾਕ ਕਰਮ ਕਰੇਗਾ ਉੱਥੋਂ ਤੱਕ ਫੋਨ ਜਿਹਾ ਵੈਸੇ ਚੇਂਜ ਕਰ ਲਵਾਂਗੇ, ਇਹ ਵੀ ਰਿਪੇਅਰ ਕਰਾ ਕੇ ਰੱਖ ਲਵਾਂਗਾ ਇਹ ਹੋ ਸਕਿਆ ਤੇ, ਇਨਸ਼ਾਅੱਲਾ ਤਾਲਾ ਕੋਈ ਨਾ ਛੋਟੇ ਮੋਟਾ ਜਿਵੇਂ ਕਿ ਇਨਫਨੈਕਸ ਜਾਂ ਵੀਵੋ ਵਗੈਰਾ ਦੀ ਕੰਪਨੀ ਦਾ ਨਾ 30,000-40,000-50,000 ਵਾਲਾ ਫੋਨ ਹੋਰ ਲੈ ਲਵਾਂਗਾ, ਫਿਰ ਇੰਝ ਹੋਵੇਗਾ ਇੱਕ ਦਿਨ 'ਚ ਇੱਕ ਵਲਾਗ ਇਹਦੇ 'ਤੇ ਬਣਾ ਲਿਆ ਕਰਾਂਗਾ ਅਤੇ ਇੱਕ ਵਲਾਗ ਉਸ ਫੋਨ 'ਤੇ ਬਣਾ ਲਿਆ ਕਰਾਂਗਾ। ਤਾਂ ਮਾਸ਼ਾਅੱਲਾ ਹੁਣ ਤਾਂ ਇਹਦੇ 'ਤੇ ਠੀਕ ਵਲਾਗ ਬਣ ਰਿਹਾ ਹੈਗਾ, ਕਿਉਂਕਿ ਹਾਲੀ ਤੱਕ ਥੋੜ੍ਹਾ ਜਿਹਾ ਕੂਲ ਹੈਗਾ, ਜਿਵੇਂ ਹੀ ਇਹਨੂੰ ਆ ਸੇਕਾ ਲੱਗਣਾ ਨਾ ਸੂਰਜ ਦੇ ਸਾਹਮਣੇ ਇਹਨੂੰ ਮੈਂ ਲੈ ਜਾਣਾ ਹੈਗਾ ਅਤੇ ਹੀਟਅਪ ਹੋਣਾ ਸ਼ੁਰੂ ਹੋ ਜਾਣਾ, ਫਿਰ ਗਰਮ ਹੋ ਜਾਂਦਾ ਹੈਗਾ ਅਤੇ ਫਿਰ ਜੇ ਨਾ ਵਲਾਗ ਠੀਕ ਤਰ੍ਹਾਂ ਨਹੀਂ ਬਣਦਾ ਹੈਗਾ। ਉਦੋਂ ਮੈਂ ਅੱਜ ਇੱਧਰ ਆਇਆ ਸੀ ਇਸ ਫਸਲ ਵਿੱਚ ਮਾਸ਼ਾਅੱਲਾ ਵੀ ਅੱਜ ਬੜੀ ਹਰੀ ਭਰੀ ਲੱਗ ਰਹੀ ਹੈਗੀ, ਸਾਰੀ ਜੀ ਇਹਨਾਂ ਕਟਾਈ ਨੂੰ ਲੱਗੇ ਹੋਏ ਨੇ, ਅਲੱਗ ਅਲੱਗ ਲੋਕਾਂ ਨੇ ਚਾਰਾ ਲਿਆ ਹੋਇਆ ਨਾ, ਜਿਵੇਂ ਕਿ ਆਹ ਵਿਚਲੀ ਗਿਆ ਸੀ ਦੇਖੋ, ਇਹ ਸੇਧ ਹੈਗੀ ਆ ਔਰ ਕਰਦਾ ਹੈਗਾ ਚਾਰਾ, ਇਹ ਅਲੱਗ ਇੱਕ ਔਰ ਕਰਦਾ ਹੈਗਾ, ਇਸੇ ਤਰ੍ਹਾਂ ਅਲੱਗ ਅਲੱਗ ਹੈਗਾ। ਮਾਲਕ ਜਿਹੜਾ ਹੈ ਨਾ ਇਸ ਜ਼ਮੀਨ ਦਾ, ਉਹਨੇ ਸਿਰਫ ਇਹ ਇੱਧਰ ਆਪਣੇ ਵਾਸਤੇ ਇਹ ਚਾਰਾ ਰੱਖਿਆ ਹੋਇਆ ਹੈਗਾ, ਬਾਕੀ ਉਹਨੇ ਆਹ ਸਾਰਾ ਸੇਲ ਕਰਤਾ ਹੋਇਆ। ਮਾਸ਼ਾਅੱਲਾ ਜੱਬੂ ਜਾਨ ਨੇ ਬਾਹਰ ਨਾਲ ਸਬਜ਼ੀ ਦੁਕਾਨ ਲਾਈ, ਅੱਜ ਫਰੈਸ਼ ਫਰੈਸ਼ ਤਾਜ਼ਾ ਸਬਜ਼ੀਆਂ ਮੰਗਵਾਈਆਂ ਸੀਗੀਆਂ ਅਤੇ ਉਦੋਂ ਘਰ ਦੀ ਵੀ ਅੱਗੋਂ ਨਾਲ ਸਾਫ਼ ਸਫਾਈ ਹਾਲੀ ਤੱਕ ਕਰਨੀ ਹੈਗੀ, ਜਿਹੜੇ ਰੋੜੇ ਵਗੈਰਾ ਪੈਣ ਨਾਲ ਮੇਰਾ ਦਿਲ ਹੈ ਹੁਣ ਚੱਕ ਕੇ ਨੈਕਸਟ ਸ਼ਹਿਰ 'ਤੇ ਕਰੀਏ ਅਤੇ ਕਚਰੇ ਡੇਰੀਆਂ ਵਗੈਰਾ ਪਈਆਂ ਨਾ ਇੱਥੇ ਖਿਲਾਰ ਕੇ ਇੱਕੋ ਜਿਹੀਆਂ ਕਰ ਦੇਈਏ। ਅੱਗੋਂ ਘਰ ਦੀ ਨਾ ਲੋਕੇਸ਼ਨਸ ਦੇਖੋ ਕਿਤਨੀ ਗੰਦੀ ਲੱਗ ਰਹੀ ਹੈ, ਕਚਰਾ ਵਗੈਰਾ ਇਹ ਫੈਲਿਆ ਪਿਆ, ਇਹਦੀ ਵੀ ਇੱਕ ਜਗ੍ਹਾ ਸਾਰੀ ਡੇਰੀ ਕਰੀਏ, ਇਹ ਦਰ ਨਾ ਕੁਛ ਟਾਈਮ 'ਤੇ ਜਗ੍ਹਾ ਜੇ ਸਾਫ਼ ਕਲੀਅਰ ਨਜ਼ਰ ਆਵੇਗੀ। ਅੰਕਲ ਹੋਰ ਜਿਹਾ ਸਬਜ਼ੀ ਲਾਉਣ ਆਏ ਸੀਗੇ ਅਤੇ ਉਦੋਂ ਤਾਜ਼ਾ ਤਾਜ਼ਾ ਸਾਰੀਆਂ ਸਬਜ਼ੀਆਂ ਅੱਜ ਮੰਗਵਾਈਆਂ ਨੇ, ਪਹਿਲਾਂ ਵਾਲੀ ਸਬਜ਼ੀ ਜਿਹੜੀ ਇੱਕ ਸਾਈਡ 'ਤੇ ਕਰਤੀ ਸੀਗੀ, ਸਾਰੇ ਛਾਪਰਾਂ 'ਚ ਦੇਖੋ ਮੈਂ ਤਾਜ਼ਾ ਤਾਜ਼ਾ ਸਬਜ਼ੀਆਂ ਪਈ। ਵੈਸੇ ਆਪੂ ਜਾਨ ਛਾਪਰਾਂ ਠੀਕ ਰਹਿੰਦੀਆਂ ਨੇ, ਖਰਾਬ ਹੋ ਜਾਂਦੀ ਛਾਪਰਾਂ ਕੱਢੀਆਂ ਹੋਣ ਨਾ, ਸੁੱਕ ਜਾਂਦੀਆਂ। ਹਾਂ, ਅੱਜ ਤਾਂ ਗਰਮੀ ਬਹੁਤ ਜ਼ਿਆਦਾ ਹੈ, ਇਹ ਵੈਸੇ ਅਗਰ ਆਪਾਂ ਪਾਣੀ ਨਾ ਛਿੜਕਿਆ ਤਾਂ ਬਹੁਤ ਜ਼ਿਆਦਾ ਗਰਮੀ ਆਉਣੀ ਸੀਗੀ। ਹਾਲਾਂਕਿ ਹਾਲੀ ਤੱਕ ਬਹੁਤ ਜ਼ਿਆਦਾ ਗਰਮੀ, ਸੂਰਜ ਚਾਹੇ ਗਰੂਪ ਵੀ ਆਉਣ ਲੱਗਿਆ ਨਾ, ਅੱਜ ਗਰਮੀ ਦੁਪਹਿਰ ਟਾਈਮ ਬਹੁਤ ਜ਼ਿਆਦਾ ਹੈਗੀ। ਹਾਲਾਂਕਿ ਮੈਂ ਸਾਹੀਵਾਲ ਗਿਆ ਹੋਇਆ ਸੀ, ਜਿਹੜਾ ਮੇਰੇ ਨਾਲ ਹੋਈ ਹੈ ਨਾ, ਮੈਨੂੰ ਪਤਾ ਹੈਗਾ ਉਲੀਏ ਵੀ ਗੜ ਗਿਆ ਆ ਗਿਆ। ਅਤੇ ਮਾਸ਼ਾਅੱਲਾ ਆਇਸ਼ਾ ਨੇ ਘਰ ਦੀ ਸਾਫ਼ ਸਫਾਈ ਵਗੈਰਾ ਕਰਕੇ ਇੱਥੇ ਬਾਹਰ ਜਾਣਾ, ਚਾਰਪਾਈਆਂ ਕੱਢਤੀਆਂ ਹੋਈਆਂ ਨੇਗੀਆਂ ਅਤੇ ਚੂਜ਼ੇ ਜਿਹੜੇ ਨੇਗੇ ਉਹ ਵੀ ਇੱਥੇ ਨਾ ਆਪਣਾ ਦਾਣਾ ਪਾਣੀ ਚੁੱਕਦੇ ਫਿਰਦੇ ਨੇ, ਸਨੈਨ ਨੇ ਚਾਰਾ ਲਿਆ ਕੇ ਸਿੱਟੇ ਹੈਗੇ ਨੇ, ਪੱਤੇ ਚਿਚੜੀ ਰੱਖਦੇ ਨੇਗੇ। ਇਹ ਵੱਡੇ ਮੁਰਗੇ ਨੇ ਨਾ, ਇਹ ਤਾਂ ਬੜੇ ਸ਼ੌਕ ਨੇ ਇਸ ਤਰ੍ਹਾਂ ਦੇ, ਪੱਤੇ ਵਗੈਰਾ ਖਾਂਦੇ ਨੇ। ਅਮੀ ਜਾਨ ਨੇ ਅੱਗੇ ਇਹਨਾਂ ਨੂੰ ਛੋਟੇ ਛੋਟੇ ਨਾ ਉਹ ਰੋਟੀ ਦੇ ਟੁਕੜੇ ਕਰਕੇ ਪਾਏ ਨੇਗੇ, ਉਹ ਸਾਰੇ ਖਾ ਗਏ ਨੇਗੇ। ਇਹ ਥੋੜ੍ਹੇ ਬਹੁਤ ਇੱਥੇ ਥੱਲੇ ਪਏ ਨੇ, ਵੀ ਇਹਨਾਂ ਨੂੰ ਚੁੱਗ ਲੈਣੇ ਨੇਗੇ ਸਾਰੇ
ਸਾਰੇ ਘਰ ਦੇ ਮੰਜਾਂ ਜਿੰਨਾ ਖੁੱਲੇ ਮਾਹੌਲ ਰਹਿਣ ਨਾ ਉਤਨਾ ਜ਼ਿਆਦਾ ਖੁਸ਼ ਖੁਸ਼ ਰਹਿੰਦੇ ਨੇ ਇਹਨੇ ਇਨਸ਼ਾ ਅੱਲਾਹ ਤਾਲਾ ਵੈਸੇ ਬਣਾਇਆ ਨਾ ਤੁਹਾਨੂੰ ਖੁੱਡਾ ਛੱਤ ਉੱਤੇ ਜਦੋਂ ਬਣਾਇਆ ਉਹ ਬੜਾ ਖੁੱਲ੍ਹਾ ਬਣਾਉਣਾ ਕਿ ਇਹਦੇ 'ਚ ਬਣਾਵਾਂਗੇ ਸਾਈਡਾਂ ਜਾਲੀ ਲਾ ਕੇ ਖੁੱਲ੍ਹਾ ਮਾਹੌਲ ਹੋਵੇ ਗਾਵਾ ਵਗੈਰਾ ਨੂੰ ਖੁੱਲ੍ਹੀ ਆਜ਼ਾਦੀ ਨੇ ਫਿਰਦੇ ਸਾਰੇ ਦਿਨ ਫਿਰਨਾ ਹੋਰ ਹੋਣਗੇ ਫਿਰ ਉਹ ਹੀ ਮਸਲਾ ਬਣਿਆ ਖੜਾ ਹੈਗਾ ਮੀਜਾਨ ਦੇ ਕਹਿਣ ਦਾ ਮਤਲਬ ਸੀਗਾ ਕਿ ਇਹਨਾਂ ਜੇ ਨਾ ਫਿਰ ਸਿਹਤ ਅੱਛੀ ਰਹਿੰਦੀ ਹੈਗੀ ਤੰਦਰੁਸਤ ਰਹਿੰਦੇ ਨੇ ਖੁੱਲ੍ਹੇ ਮਾਹੌਲ ਦੇ ਵਿੱਚ ਰਹਿਣ ਨਾਲ ਨਾ ਜ਼ਿਆਦਾ ਖੁਸ਼ ਖੁਸ਼ ਰਹਿੰਦੇ ਨੇ ਗੇ ਤੇ ਉਧਰੋਂ ਅੰਮੀ ਜਾਨ ਹੁਣ ਮੈਂ ਨਾ ਬਾਹਰ ਥੋੜ੍ਹੀ ਸਫਾਈ ਕਰਨ ਲੱਗਿਆ ਵੈਸੇ ਤਾਂ ਇਸ ਜਗ੍ਹਾ ਸਫਾਈ ਕਰਨੀ ਸੀ ਲੇਕਿਨ ਨਾ ਅੱਗੂ ਘਰ ਦੀ ਫਰੰਟ ਸਾਈਡ ਹੈਗੀ ਉਹਨਾਂ ਦੀ ਜਿਹੜੀ ਉਹ ਕਚਰੇ ਡੇਰੀਆਂ ਵਗੈਰਾ ਪਈਆਂ ਅਤੇ ਇੱਟਾਂ ਰੋੜੇ ਪਏ ਨੇ ਉਹ ਇੱਟਾਂ ਰੋੜੇ ਇੱਕ ਸਾਈਡ 'ਤੇ ਕਰਨੇ ਆ ਗਏ ਅਤੇ ਜਿਹੜੀ ਇਸ ਰਸਤੇ ਦੇ ਪਰਲੀ ਸਾਈਡ 'ਤੇ ਪਈ ਹੈਗੀ ਉਹ ਡੇਰੀ ਜੀ ਜਿੱਥੇ ਆਪਾਂ ਇੱਟਾਂ ਲਵਾਉਂਦੇ ਹੁੰਦੇ ਹਾਂ ਉਸ ਜਗ੍ਹਾ ਦੀ ਸਾਰੀ ਸਫਾਈ ਕਰਨ ਲੱਗੇ ਹੋ ਜੇ ਫਸਲ ਦੇ ਕਚਰਾ ਵਗੈਰਾ ਫੈਲੇ ਪੋਨੇ ਇੱਕ ਇਕੱਠੇ ਕਰਕੇ ਅੱਗ ਲਾ ਦਿੰਦਾ ਹਾਂ ਚਲੋ ਬਾਹਰ ਅਗਰ ਸਫਾਈ ਕਰ ਲੈਣਾ ਸੁਬਹਾ ਜਿਹੜੀ ਇਹ ਜਗ੍ਹਾ ਹੈਗੀ ਇਹਨੂੰ ਕੁੱਟ ਕੇ ਅਤੇ ਰੋੜੀ ਵਗੈਰਾ ਪਾ ਕੇ ਬਰਾਬਰ ਕਰ ਲਵਾਂਗਾ ਚੱਲਣਾ ਜੀ ਹੁਣ ਫਿਰ ਚੱਲ ਕੇ ਪਹਿਲੇ ਨਾ ਉਹ ਸਾਫ਼ ਸਫਾਈ ਕਰਨੀ ਉਸ ਜਗ੍ਹਾ ਦੀ ਉਹ ਮੈਂ ਪਹਿਲੇ ਸੋਚਿਆ ਹੋਇਆ ਸੀਗਾ ਕਿ ਜਦੋਂ ਹੀ ਘਰ ਜਾਣਾ ਨਾ ਜਾ ਕੇ ਪਹਿਲੇ ਸਾਫ਼ ਸਫਾਈ ਕਰਨੀ ਹੈ ਜੀ ਕਿਉਂਕਿ ਯਕੀਨਨ ਅੱਜ ਸਾਰਾ ਦਿਨ ਮੈਨੂੰ ਸਾਹੀਵਾਲ ਸ਼ਹਿਰ ਰਹਿਣਾ ਪਿਆ ਦੋ ਦੁਕਾਨਦਾਰਾਂ ਨਾਲ ਮੈਂ ਮਸ਼ਵਰਾ ਕੀਤਾ ਫੋਨ ਨੂੰ ਲੈ ਕੇ ਲੇਕਿਨ ਦੋਨਾਂ ਨੇ ਮੈਨੂੰ ਇੱਕ ਹੀ ਹਾਲ ਦੱਸਿਆ ਜੀ ਇੱਕਦਮ ਦੱਸਤਾ ਹੋਇਆ ਕਿ ਫੋਨ ਚੇਂਜ ਕਰ ਲਾ ਜਾਂ ਫੋਨ ਜਿਹੜਾ ਹੈਗਾ ਕਿਸੇ ਕੰਮ ਦਾ ਨਹੀਂ ਹੈਗਾ ਇਹਨੂੰ ਸੰਭਾਲ ਕੇ ਰੱਖ ਲਾ ਕਦੀ ਐਮਰਜੈਂਸੀ ਜਿਵੇਂ ਕਿ ਆਪਣਾ ਹੋਰ ਕੋਈ ਫੋਨ ਹੋਵੇ ਤਾਂ ਖਰਾਬ ਹੋ ਜਾਵੇ ਅਤੇ ਉਦੋਂ ਤੂੰ ਇਹਦੇ 'ਤੇ ਵਲਾਗ ਬਣਾ ਲਾ ਅਸਲ 'ਤੇ ਉਹ ਕਹਿੰਦੇ ਨੇ ਇਹਨੂੰ ਰੈਸਟ ਦੇ ਤੂੰ ਸਿੱਧੀ ਗੱਲ ਹੈ ਜਿਹੜੀ ਕਿ ਇਹਨੂੰ ਰੈਸਟ ਦੇ ਜਿਵੇਂ ਕਿ ਮਹੀਨਾ ਦੋ ਮਹੀਨੇ ਰੱਖ ਦੇ ਔਰ ਕਿਸੇ ਫੋਨ 'ਤੇ ਤੂੰ ਆਪਣਾ ਵਲਾਗ ਵਗੈਰਾ ਬਣਾਈ ਰੱਖ ਲੇਕਿਨ ਇਹ ਰੈਸਟ ਤਾਂ ਇਹਨੂੰ ਮਿਲ ਨਹੀਂ ਸਕਦਾ ਹੈਗਾ ਜਾਂ ਤਾਂ ਜਿਵੇਂ ਕਿ ਅੱਗੇ ਮੈਂ ਕਹਿ ਰਿਹਾ ਸੀ ਨਾ ਕਿ ਇੱਕ ਫੋਨ ਹੋਰ ਲੈ ਲਵਾਂ ਚਲੋ ਉਹਦੇ 'ਤੇ ਲੋਅ ਕੁਆਲਿਟੀ ਦਾ ਰਿਜ਼ਲਟ ਹੋਵੇਗਾ ਲੇਕਿਨ ਇਹ ਹੈਗਾ ਕਿ ਗੁਜ਼ਾਰੇ ਮੁਤਾਬਿਕ 30-40 ਹਜ਼ਾਰ ਵਾਲਾ ਫੋਨ ਇੱਕ ਹੋਰ ਲੈ ਲਈਏ ਅਤੇ ਨਾਲ ਇਹਦੇ 'ਤੇ ਇੱਕ ਵਲਾਗ ਬਣਾ ਲਿਆ ਦਿਨ ਦੇ ਵਿੱਚ ਇੱਕ ਉਹਦੇ 'ਤੇ ਬਣਾ ਲਏ ਫਿਰ ਇਹ ਹੈਗੇ ਇਹਦੇ 'ਤੇ ਹਾਂ ਉਹਦਾ ਤਾਂ ਮਾਸ਼ਾ ਅੱਲਾਹ ਰਿਜ਼ਲਟ ਵੀ ਥੋੜ੍ਹਾ ਜਿਹਾ ਬਿਹਤਰ ਹੈਗਾ ਦੇਖਣੇ ਆ ਮੀਜਾਨ ਇਨਸ਼ਾਅੱਲਾ ਤਾਲਾ ਨਵੇਂ ਹੀ ਦੇਖਣੇ ਆ ਫਿਰ ਇਹ ਨਾ ਇਹਦੇ 'ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪਵੇਗਾ ਐਡੀਟਿੰਗ ਵਗੈਰਾ ਦਾ ਦਿਨੇ 'ਚ ਇੱਕ ਵਲਾਗ ਬਣਾਉਣਾ ਹੋਵੇ ਤਾਂ ਆਸਾਨੀ ਨਾਲ ਬਣਾ ਸਕਦਾ ਹੈਗਾ ਉਧਰੋਂ ਦੂਸਰੇ ਤੀਸਰੇ ਦਿਨ ਬਾਅਦ ਇਹਦੇ 'ਤੇ ਵਲਾਗ ਬਣਾਇਆ ਕਰਾਂਗੇ ਇਹ ਨਹੀਂ ਦਿਨ 'ਚ ਇੱਕ ਬਣਾਇਆ ਕਰਾਂਗੇ ਦਿਨੇ 'ਚ ਤਾਂ ਹੁਣ ਹੀ ਇੱਕ ਨਹੀਂ ਬਣਾ ਪਾਉਂਦਾ ਹੈਗਾ ਇਹਨੂੰ 2-3 ਦਿਨ ਜੋ ਰੈਸਟ ਦਿੱਤੀ ਨਾ ਫੋਨ 'ਤੇ ਵਲਾਗ ਵਗੈਰਾ ਨਾ ਬਣਾਇਆ ਫਿਰ ਠੀਕ ਹੋ ਜਾਵੇਗਾ ਉਹ ਮਿਹਨਤ ਹੈਗੀ ਕਿਉਂਕਿ ਇਹਦੇ ਜਿਹੜੇ ਨਾ ਪੁਰਜ਼ੇ ਉਹ ਵੀ ਕਮਜ਼ੋਰ ਹੋ ਜਾਂਦੇ ਨੇ ਬਾਰ ਬਾਰ ਪ੍ਰੈਸ਼ਰ ਪੈ ਕੇ ਕੋਈ ਪਤਾ ਨਹੀਂ ਇਹ ਆਪਾਂ ਕੋਲ ਕਾਮਯਾਬ ਨਾ ਹੋ ਰਹੇ ਚਲੋ ਛੱਡੋ ਨਾ ਫਿਰ ਅੱਜ ਫੋਨ ਦੀ ਕਹਾਣੀ ਸ਼ੁਰੂ ਕੀਤੀ ਖੜੇ ਹਾਂ ਆਪਣਾ ਕੰਮ ਕਰੀਏ ਚੂਜ਼ੇ ਜਿਹੜੇ ਨੇ ਆਪਣੀਆਂ ਮੌਜੇ ਫਿਰਦੇ ਨੇ ਚੂਜ਼ਿਆਂ ਦੇ ਪਿੱਛੇ ਮੈਂ ਕਈ ਵੀ ਬੁਲਿਆ ਜਾਂਦਾ ਮੈਂ ਚੱਕਣ ਤਾਂ ਘਰ 'ਚ ਕਈ ਆਇਆ ਸੀਗਾ ਇਹ ਚੱਕ ਕੇ ਲੈ ਚੱਲਣਾ ਹਾਂਜੀ ਫਿਰ ਦੇਖਣੇ ਆਗੇ ਪਹਿਲੇ ਕੀ ਕੰਮ ਕਰਨਾ ਹੈਗਾ ਵੈਸੇ ਤਾਂ ਜਿਹੜੇ ਪੈਨ ਇੱਥੇ ਰੋੜੇ ਵਗੈਰਾ ਇਹ ਵੀ ਚੱਕ ਕੇ ਉਹ ਡੇਰੀ ਦੇ ਉੱਤੇ ਸਿੱਟਣੇ ਨੇਗੇ ਪਹਿਲੇ ਫਿਰ ਇਹ ਹੀ ਸਿੱਟ ਲੈਣਾ ਆਗਾ ਉਸ ਤੋਂ ਬਾਅਦ ਫਿਰ ਇਹ ਮਿੱਟੀ ਵਗੈਰਾ ਇੱਕੋ ਜਿਹੀ ਕਰ ਲਵਾਂਗਾ ਅਤੇ ਇਹ ਜਿਹੜਾ ਕਚਰਾ ਵਗੈਰਾ ਫੈਲਿਆ ਪੈਨ ਇਹਨੂੰ ਇੱਥੇ ਅੱਗ ਲਾਉਣੀ ਇਕੱਠੇ ਕਰਕੇ ਅਤੇ ਬਾਕੀ ਮਿੱਟੀ ਜਿਹੜੀ ਨਾ ਇਸ ਜਗ੍ਹਾ 'ਤੇ ਇੱਕੋ ਜਿਹੀ ਕਰਨੀ ਹੈਗੀ ਸਾਰੀ ਜਿਹੜੀ ਆਹਲੀ ਸਿੱਟੀ ਸੀ ਨਾ ਇੱਥੋਂ ਸਾਡੇ ਪੜੋਸੀਆਂ ਨੇ ਸਿੱਟੀ ਹੈਗੀ ਇਸ ਜ਼ਮੀਨ ਦੇ ਵਿੱਚ ਇਹ ਡੇਰੀ ਲੱਗੀ ਵੀ ਅੰਕਲ ਹੋਰਾਂ ਜ਼ਮੀਨ ਹੀ ਚੋਂ ਕੱਢ ਕੇ ਨਾ ਇੱਥੇ ਇੱਕੋ ਜਿਹੀ ਕਰ ਦਿੰਦੇ ਹਾਂ ਉੱਚੀ ਵੀ ਜਗ੍ਹਾ ਹੋ ਜਾਵੇਗੀ ਅਤੇ ਇਹਨਾਂ ਜ਼ਮੀਨ 'ਚੋਂ ਆਹਲੀ ਕੱਢੀ ਜਾਵੇਗੀ ਕਚਰਾ ਹੀ ਖਤਮ ਹੋ ਜਾਵੇਗਾ ਫਾਈਨਲੀ ਜੀ ਇਸ ਜਗ੍ਹਾ ਜੇ ਰੋੜੇ ਵਗੈਰਾ ਪਏ ਸੀਗੇ ਉਹ ਸਾਰੇ ਚੱਕ ਕੇ ਉੱਥੇ ਸਿੱਟਤੇ ਹੋਏ ਨੇਗੇ ਉਸ ਡੇਰੀ 'ਤੇ ਇਕੱਠਿਆਂ ਕਰ ਦੇਵਾਂਗੇ ਇੱਥੇ ਪੈ ਰਹਿਣਗੇ ਰੋੜੀ ਵਗੈਰਾ ਕੁੱਟ ਕੇ ਕਿਧਰੇ ਪਾ ਪੂ ਲਾਵਾਂਗੇ
ਤੇ ਉਸ ਜਗ੍ਹਾ ਰੋੜੇ ਵਗੈਰਾ ਆਉਣੇ ਨਹੀਂ, ਕਚਰਾ ਹੀ ਹੋਣਾ ਸਾਰਾ ਇਕੱਠਾ। ਹਾਂ ਇਹ ਖਿਲਾਰ ਕੇ ਇੱਕੋ ਜਿਹਾ ਕਰ ਦਿੰਦਾ ਇੱਥੇ, ਇਹ ਜਾਂ ਥੱਲੇ ਤੂੜੀ ਵਗੈਰਾ ਪਈ ਨੇ ਨਾਲ ਨਾਲ ਕਰਕੇ ਸਾਰੀ ਉੱਤੇ ਥੱਲੇ ਕਰ ਦਿੰਦੇ ਹਾਂ। ਅਤੇ ਤਰਬੂਜ਼ ਦੇ ਤਾਂ ਦਿਨ ਰਾਤ ਦਾਲੇ ਬਰੀਕ ਕੇ ਜਾ ਰਹੇ ਨੇ, ਮਾਸ਼ਾਅੱਲਾ ਬਹੁਤ ਪਿਆਰਾ ਤਰਬੂਜ਼ ਹੈਗਾ, ਫਰੈਸ਼ ਫਰੈਸ਼। ਦੇਖੋ ਹੁਣ ਬਾਜ਼ਾਰ ਖੁੱਲ੍ਹਾ ਖੁੱਲ੍ਹਾ ਹੀ ਲੱਗ ਰਿਹਾ ਹੈਗਾ, ਜਿਹੜੀ ਇੱਥੇ ਡੇਰੀ ਜੀ ਪਈ ਸੀ ਨਾ ਅੱਗੇ ਵਧੀ ਹੋਈ ਸਾਰੀ ਪੱਟ ਕੇ ਨਾਲ ਨਾਲ ਖਿਲਾਰਤੀ ਹੈਗੀ, ਇਸ ਜਗ੍ਹਾ ਕੋਈ ਖਿਲਾਰਨਾ ਹੈਗਾ ਤਾਂ ਇਹ ਡੇਰੀ ਜੀ ਪਈ ਹੈ, ਇਹ ਵੀ ਇੱਥੇ ਖਿਲਾਰ ਦਿੰਦੇ ਹਾਂ ਗੇ, ਕੋਈ ਉਹਦੇ ਸਿੱਟ ਰਹੇ ਆਗੇ ਉਹ ਜਗ੍ਹਾ ਵੀ ਇਹ ਨਾ ਬਰਾਬਰ ਕਰੀਏ, ਇੱਥੋਂ ਰੈਂਪ ਬਣਾਉਂਦੇ ਹਾਂ ਗੇ, ਸਾਫ਼ ਸਫਾਈ ਹੋ ਜਾਏਗੀ ਇਸ ਜਗ੍ਹਾ, ਉਸ ਤੋਂ ਬਾਅਦ ਉਹ ਜਗ੍ਹਾ ਰਹਿ ਜਾਣੀ ਹੈਗੀ। ਪਸੀਨੇ ਨਾਲ ਬੁਰੀ ਹਾਲਤ ਹੋਈ ਵੀ ਇਹ ਗਰਮੀ ਹੋਣੀ ਬਹੁਤ ਲੱਗ ਰਹੀ, ਮੈਂ ਤਾਂ ਕਿਹਾ ਠੰਡਾ ਠੰਡਾ ਟਾਈਮ ਹੋਣਾ ਹੈਗਾ, ਸਕੂਨ ਨਾਲ ਕੰਮ ਕਰਾਂਗੇ, ਚਲੋ ਕੋਈ ਨਾ ਇਹਨੂੰ ਫਿਰ ਖਿਲਾਰ ਲਈ ਪਹਿਲੇ। ਅਤੇ ਘਰ ਦੀ ਫਰੰਟ ਦੀ ਤਾਂ ਮਾਸ਼ਾਅੱਲਾ ਸਾਰੀ ਸਫਾਈ ਹੋ ਗਈ, ਦੇਖੋ ਹੁਣ ਕਚਰਾ ਵਗੈਰਾ ਇੱਥੇ ਨਹੀਂ ਨਜ਼ਰ ਆ ਰਿਹਾ ਹੈਗਾ, ਇਹਦੇ ਉੱਤੇ ਨਾ ਵੈਸੇ ਮਿੱਟੀ ਹੁੰਦੀ ਨਾ ਸਾਫ਼ ਸੁਥਰੀ, ਜਿਵੇਂ ਕਿ ਇੱਥੋਂ ਅੱਗੇ ਪੱਟ ਕੇ ਸਿੱਟਦੇ ਸੀਗੇ ਉਹ ਸਿੱਟ ਲੈਂਦੇ ਠੀਕ ਰਹਿਣਾ ਸੀਗਾ, ਲੇਕਿਨ ਦੇਖਣਾ ਪਹਿਲੇ ਤਾਂ ਇਸ ਜਗ੍ਹਾ ਸਫਾਈ ਕਰੀਏ ਨਾ ਸਾਰੀ, ਰੇਤ ਦੀ ਪਹਿਲੇ ਡੇਰੀ ਲਾਲ ਨਾਲ ਰੇਤ ਸਾਰੀ ਖਿਲਰੀ ਪਈ ਹੈਗੀ, ਉਸ ਤੋਂ ਬਾਅਦ ਫਿਰ ਕਚਰਾ ਵਗੈਰਾ ਸਾਰਾ ਸਮੇਟ ਕੇ ਇਹਨੂੰ ਅੱਗ ਲਾਈਏ। ਅਤੇ ਰੇਤ ਦੀ ਵੀ ਇੱਥੇ ਡੇਰੀ ਲਾ ਤੀ ਹੈਗੀ, ਜਿਹੜੀ ਇੱਥੇ ਕੋਈ ਬਜਰੀ ਵਗੈਰਾ ਪਈ ਸੀ ਨਾ ਇੱਥੇ ਉੱਚੀ ਨੀਵੀਂ ਜਗ੍ਹਾ ਸੀ ਰਸਤੇ 'ਤੇ, ਮੈਂ ਕਿਹਾ ਇੱਥੇ ਜੇ ਨਾ ਪਾ ਦਿੰਦੇ ਤਾਂ ਕਚਰਾ ਜਿਹਾ ਮਿਕਸ ਹੋਇਆ ਸੀ, ਉਂਝ ਤਾਂ ਕੰਮ ਦੀ ਨਹੀਂ ਆਈ, ਉੱਥੇ ਉੱਤੇ ਨਾ ਰੇਤ ਦੇ ਵਿੱਚ ਜਿਹੜੀ ਮਿੱਟੀ ਇੱਥੇ ਮਿਕਸ ਹੋਈ ਹੋਈ ਪਈ ਸਾਰੀ ਚੱਕ ਕੇ ਉੱਥੇ ਸਿੱਟਤੀ, ਅੱਬੂ ਜਾਣੇ ਗੱਟਾ ਬਣ ਜਾਂਦਾ ਸੀ ਸੁੱਕ ਕੇ, ਉਹ ਸਾਰੀ ਉੱਥੇ ਚੱਕ ਲਈ, ਉੱਥੇ ਨਾ ਰੋੜੀ ਸਿੱਟਤੀ ਉਹ ਬਜਰੀ, ਬਜਰੀ ਬਾਹਤੀ ਉਹ ਜਿਹੜੀ ਜਗ੍ਹਾ ਨੀਵੀਂ ਹੈਗੀ ਸਾਰੀ ਹੋ ਗਈ ਉੱਥੇ। ਹਾਂ ਅਤੇ ਬਾਕੀ ਹੁਣ ਇਹ ਰਹਿ ਗਿਆ ਹੁੰਦਾ ਹੀ ਵੇਖਿਆ ਜੇ ਹੁਣ ਕੀ ਹੱਲ ਕਰਨਾ, ਸਾਰੀ ਸਫਾਈ ਸਫਾਈ ਨਜ਼ਰ ਆਵੇਗੀ। ਮੌਸਮ ਹੈਗਾ ਸੱਪਾਂ ਦਾ, ਤਾਂ ਕਹਿੰਦਾ ਥੋੜਾ ਜਿਹਾ ਬਚ ਕੇ ਬਚ ਬਚਾ ਕੇ ਤਾਂ ਥੋੜਾ ਜਿਹਾ ਥੋੜਾ ਜਿਹਾ ਰਹਿ ਗਿਆ ਕੰਮ, ਕਦੋਂ ਉਹਦਾ ਲੱਗਿਆ ਅਸਰ ਟਾਈਮ ਦਾ ਤੂੰ, ਹੈਂ ਵੈਸੇ ਕੂੜਾ ਖਤਮ ਹੋ ਗਿਆ ਬਿਲਕੁਲ, ਇੱਧਰੋਂ ਵੀ ਬਿਲਕੁਲ ਸਫਾਈ ਹੋ ਗਈ ਸਾਰੀ ਟੋਟਲ। ਨਹੀਂ ਕੋਈ ਨਹੀਂ ਉਹ ਵੀ ਥੋੜ੍ਹੀ ਬਹੁਤ, ਚਲੋ ਠੀਕ ਹੋ ਗਈ, ਜਲਦੀ ਜਲਦੀ ਕਰਕੇ ਤੇ ਆ ਜਾਊ ਰਹਾ, ਕਿਤਨਾ ਢੇਰ ਲਾਤਾ ਤੂੰ। ਇਸ ਜਗ੍ਹਾ ਸਾਫ਼ ਸਫਾਈ ਕਰਨਾ ਇਤਨਾ ਮੁਸ਼ਕਿਲ ਸੀਗਾ ਕਿ ਮੈਂ ਸੋਚਿਆ ਹੀ ਨਹੀਂ ਆ ਗਿਆ ਯਕੀਨਨ, ਮੈਂ ਸੋਚਿਆ ਸੀ ਬਸ ਮੈਂ ਸਾਡਾ ਕਚਰਾ ਵਗੈਰਾ ਪਿਆ ਇੱਥੇ ਸਿੱਟ ਕੇ ਇਹਨੂੰ ਇੱਕੋ ਜਿਹਾ ਕਰ ਦਿੰਦੇ, ਹੁਣ ਡੇਰੀ ਜੀ ਲੱਗੀ ਪਈ ਹੈ ਇਹਦੇ 'ਤੇ, ਆਹੋ ਸਾਫ਼ ਮਿੱਟੀ ਰੱਖੀ ਸੀਗੀ ਇਹ ਪਾਉਣਾ ਹੈਗਾ ਕਚਰਾ ਵਗੈਰਾ ਜਿਹੜਾ ਇੱਥੇ ਨਜ਼ਰ ਨਾ ਆਵੇ, ਸਾਡਾ ਬਿਲਕੁਲ ਸਾਫ਼ ਹੋ ਗਈ ਹੈ ਇੱਥੇ।
ਕਚਰਾ ਵਗੈਰਾ ਨਜ਼ਰ ਆ ਰਿਹਾ ਸੀਗਾ, ਓਕੇ ਹੋ ਗਿਆ। ਅਤੇ ਹੁਣ ਫਿਰ ਇਹ ਵੀ ਗਿਆ ਇਹਨਾਂ ਦੋ ਸਫਾਈ ਪਸੀਨੀ ਉਹ ਪਸੀਨੀ ਹੋਇਆ ਇੱਥੇ, ਆ ਬਸ ਜੀ ਬਣੀ ਖੜੀ ਹੈਗੀ। ਚਲੋ ਹੁਣ ਇਹਨਾਂ ਦਾ ਪਾਕ ਕਰਮ ਕਰੇਗਾ, ਉੱਤੇ ਮਿੱਟੀ ਵਗੈਰਾ ਪਾ ਕੇ ਉਹ ਜਗ੍ਹਾ ਜਿਹੜੀ ਨਾ ਬਿਲਕੁਲ ਇਹ ਲੈਵਲ ਹੋ ਗਈ ਹੈਗੀ। ਪਰਲੀ ਸਾਈਡ 'ਤੇ ਉੱਚਾ ਜਿਹਾ ਢੇਰ ਲੱਗ ਰਿਹਾ ਹੈਗਾ ਜਿਵੇਂ ਨਾ ਮਿੱਟੀ ਦਾ ਢੇਰ ਪਿਆ ਹੁੰਦਾ, ਲੇਕਿਨ ਇਸ ਜਗ੍ਹਾ ਸਾਰੀ ਸਫਾਈ ਹੋ ਗਈ। ਐਂ ਤਾਂ ਤੁਹਾਨੂੰ ਕਲੀਅਰਲੀ ਨਜ਼ਰ ਨਹੀਂ ਆ ਰਹੀ ਕਿਉਂਕਿ ਰਾਤ ਹੋ ਗਈ। ਮੂੰਹ ਹੱਥ ਧੋਣ ਲੱਗਿਆ ਆ ਗਿਆ, ਤਾਂ ਉਧਰੋਂ ਇੱਕ ਸਰਪ੍ਰਾਈਜ਼ ਸੀਗਾ ਤੁਹਾਡੇ ਲਈ, ਉਹ ਵੀ ਤੁਹਾਨੂੰ ਦਿਖਾਉਣਾ ਆ ਗਿਆ। ਮੋਟਰ ਚਲਾ ਲਈ, ਪਾਣੀ ਵਗੈਰਾ ਵੀ ਇੱਥੇ ਅੱਗੇ ਛਿੜਕਣਾ ਨਹੀਂ ਜਿਹੜੀ ਮਿੱਟੀ ਕੁਝ ਕੀਤੀ, ਤਾਂ ਮੂੰਹ ਹੱਥ ਧੋਣਾ ਆ ਗਿਆ। ਚਲੋ ਜੀ, ਅਤੇ ਮੂੰਹ ਹੱਥ ਤਾਂ ਜੀ ਮੈਂ ਧੋ ਲਿਆ ਹੈਗਾ, ਹੁਣ ਫਿਰ ਚੱਲ ਕੇ ਤੁਹਾਨੂੰ ਦਿਖਾਉਣਾ ਆ ਗਿਆ ਕੀ ਸਰਪ੍ਰਾਈਜ਼ ਹੈਗਾ ਤੁਹਾਡੇ ਲਈ। ਅਤੇ ਉਸ ਤੋਂ ਬਾਅਦ ਫਿਰ ਸਮਾਂ ਤੋਂ ਪਹਿਲੇ ਤਾਂ ਮੈਂ ਨਹਾ ਕੇ ਸਵਾਂਗਾ, ਕਿਉਂਕਿ ਨਹੀਂ ਤਾਂ ਐਲਰਜੀ ਬਹੁਤ ਜ਼ਿਆਦਾ ਹੋਵੇਗੀ। ਪਤਾ ਕਿੰਨੇ ਗੰਦੇ ਜਰਾ ਸੀਨ ਸੀਗੇ ਸਾਰੇ, ਜਿਹੜੇ ਨਾ ਉੱਥੇ ਕੱਟਾ ਮਿੱਟੀ ਪਤਾ ਨਹੀਂ ਕਿਹੋ ਜਿਹਾ ਆ ਗਿਆ, ਸਾਰਾ ਕਚਰਾ ਵਗੈਰਾ ਜਦੋਂ ਪੁੱਜਦਾ ਰਿਹਾ ਨਾ ਸਾਰੇ ਕੱਪੜਿਆਂ 'ਤੇ ਪਿਆ ਹੈਗਾ। ਨਾ ਨੂੰ ਕਿ ਫਰੈਸ਼ ਹੋ ਕੇ ਸਵਾਂਗਾ, ਲੇਕਿਨ ਸਰਪ੍ਰਾਈਜ਼ ਦਿਖਾਉਣ ਲਈ ਇਸ ਵਜ੍ਹਾ ਤੋਂ ਜਿਹੜਾ ਨਾ ਮੈਂ ਨਹਾਇਆ ਨਹੀਂ ਆ ਗਿਆ, ਮੈਂ ਕਿ ਪਹਿਲਾਂ ਤੁਹਾਨੂੰ ਸਰਪ੍ਰਾਈਜ਼ ਦਿਖਾ ਲਈਏ। ਅਤੇ ਇੰਤਜ਼ਾਰ ਦੀ ਘੜੀਆਂ ਜੀ ਖਤਮ, ਮੰਮੀ ਜਾਨ ਦਾ ਯੂਕੇ 'ਚ ਜਿਹੜਾ ਮੇਰੀ ਨਾਨੀ ਜਾਨ ਦੀ ਤਰਫੋਂ ਗਿਫਟ ਆਇਆ ਹੈਗਾ ਉਹ ਤੁਹਾਨੂੰ ਦਿਖਾਉਣ ਲੱਗਿਆ ਜੀ। ਮਾਸ਼ਾਅੱਲਾ ਚੈੱਕ ਕਰੋ ਜੀ ਜੂਸਰ ਮਸ਼ੀਨ, ਕਿਉਂਕਿ ਮੰਮੀ ਜਾਨ ਨੂੰ ਹੈ ਨਾ ਹੈਪਾਟਾਈਟਿਸ ਸੀ, ਅਤੇ ਡਾਕਟਰਾਂ ਨੇ ਵੀ ਇਹੀ ਮਸ਼ਵਰਾ ਦਿੱਤਾ ਸੀਗਾ ਕਿ ਤੁਸੀਂ ਨਾ ਫਰੂਟ ਦਾ ਤਾਜ਼ਾ ਜੂਸ ਪੀਓ। ਅਤੇ ਫਰੂਟ ਵਗੈਰਾ ਸਾਡੇ ਕੋਲ ਤਾਂ ਆਮ ਮਿਲ ਜਾਂਦਾ ਫਰੈਸ਼, ਲੇਕਿਨ ਨਾ ਜੂਸਰ ਮਸ਼ੀਨ ਸਾਡੇ ਕੋਲ ਨਹੀਂ ਸੀਗੀ। ਉਹ ਨਾਨੀ ਜਾਨ ਨੇ ਕਿਹਾ ਹੈਗਾ ਕਿ ਮੈਂ ਲੈ ਕੇ ਦੇਵਾਂਗੀ ਆਪਣੀ ਬੇਟੀ ਨੂੰ, ਤਾਂ ਮੰਮੀ ਜਾਨ ਲਈ ਉਹਨਾਂ ਨੇ ਨਾ ਇਹ ਗਿਫਟ ਦੁਪਹਿਰ ਟਾਈਮ ਅਸੀਂ ਸਾਹੀਵਾਲ ਗਏ ਨਾ ਉਦੋਂ ਉੱਥੋਂ ਹੀ ਲਿਆ ਸੀਗਾ, ਉੱਥੋਂ ਅੱਛੀ ਵਾਲੀ ਮਿਲ ਗਈ ਹੈਗੀ, ਇੱਥੋਂ ਸਾਡੇ ਕੋਲ ਇਸ ਸਾਈਡ ਦੇ ਵਿੱਚ ਉਦੋਂ ਨਾ ਇਸ ਤਰ੍ਹਾਂ ਦੀ ਮਿਲਣੀ ਨਹੀਂ ਸੀਗੀ। ਹਾਂ ਸਿੰਗਲ ਹੀ ਮਿਲਦੀਆਂ ਨੇਗੀਆਂ, ਅੱਛੇ ਵਾਲੀ ਐਜੀ ਦੇ ਗਾਰੰਟੀ ਵਗੈਰਾ ਵੀ ਹੈਗੀ। ਚਲੋ ਜੀ ਮਾਸ਼ਾਅੱਲਾ ਬੜੀ ਮਜ਼ਬੂਤ, ਉੱਥੇ ਤਾਂ ਮੈਂ ਡੱਬੇ ਤੋਂ ਵੇਖੀ ਸੀਗੀ ਕਿਉਂਕਿ ਓਪਨ ਕਰਕੇ ਤਾਂ ਦੇਖਣ ਤੋਂ ਰਹਿ ਮੀਆਂ ਨਿਸ਼ਾਨ ਜੇ ਨੇ ਜੀ। ਹਾਂ ਸ਼ਾਪਰ ਦਾ ਹੀ ਹੋਣਾ ਹੈਗਾ ਮਾਸ਼ਾਅੱਲਾ, ਜੱਗ ਤਾਂ ਬੜਾ ਵਧਣੀ ਹੈਗਾ, ਮੋਟਾ ਕੱਚ ਬਣਿਆ ਹੋਇਆ ਬੜਾ ਮਜ਼ਬੂਤ, ਅਲੱਗ ਆ ਗਿਆ ਮਸਾਲਿਆਂ ਵਾਲਾ ਹੁੰਦਾ ਹੈਗਾ। ਇਹ ਮਸਾਲਾ ਵਗੈਰਾ ਜਿਵੇਂ ਮਿਰਚਾਂ ਵਗੈਰਾ ਨੇ ਨਾ ਆਪਾਂ ਉਹ ਗ੍ਰੈਂਡ ਕਰ ਸਕਦੇ ਹਾਂ ਜੀ। ਜੱਗ ਟੁੱਟਦਾ ਨੀ, ਸਿਰਫ ਟੈਲਾਂ ਤੇ ਗੇਅਰ ਹੋਣਾ ਨਾ, ਟੁੱਟੇਗਾ ਨੀ, ਇਹੋ ਜਿਹੀਆਂ ਤਾਂ ਆਉਂਦੀਆਂ ਨੇ ਜਾਂ ਗਾਜਰਾਂ ਜੂਸ ਨੀ ਬਣਾ ਕੇ ਵੇਚਦੇ ਨੇ ਉਹਨਾਂ ਕੋਲ ਮਾਸ਼ਾਅੱਲਾ। ਤੇ ਉੱਤੋਂ ਹੀ ਕੱਚ ਦੀ ਬਣੀ ਹੋਈ ਆ, ਚੈੱਕ ਕਰੋ ਜੀ ਸਾਰਾ ਵਿੱਚ ਕੱਚ ਲੱਗੇ ਹੋਇਆ ਹੈਗਾ, ਸਾਫ ਜਿਵੇਂ ਜੂਸ ਬਣਦਾ ਪਿਆ ਹੋਵੇਗਾ ਨਾ, ਕਿਸ ਤਰ੍ਹਾਂ ਕੱਟ ਕੱਟ ਕੇ ਨਿਕਲ ਰਿਹਾ ਹੈਗਾ ਸਾਰਾ ਥੁੱਥੂ ਨਜ਼ਰ ਆਵੇਗਾ। ਤੇ ਬਹੁਤ ਹੀ ਪਿਆਰੀ ਬਣੀ ਹੋਈ ਆ, ਜਿਵੇਂ ਮਿਜਾਨ ਜੂਸ ਬਣੇਗਾ ਨਾ ਇਹਦੇ ਗਾਜਰਾਂ ਦਾ ਜਾਂ ਹੋਰ ਫਰੂਟ ਵਗੈਰਾ ਕਿਸੇ ਦਾ ਕੱਢਣੇ ਆਗੇ, ਉਹ ਇੱਥੋਂ ਉੱਥੋਂ ਬਣਦਾ ਇੱਥੇ ਜਿਵੇਂ ਜਾਵੇਗਾ ਉਹ ਸਾਰਾ ਨਜ਼ਰ ਆਵੇਗਾ। ਉੱਤੇ ਕੱਚ ਲੱਗੇ ਹੋਏ ਤਾਂ ਕੱਚ ਮਾਸ਼ਾਅੱਲਾ ਇਹ ਵੀ ਜਿਹੜਾ ਨਾ ਕਾਫੀ ਮਜ਼ਬੂਤ ਅੱਛੀ ਕੁਆਲਿਟੀ ਦਾ ਹੈਗਾ, ਚੈੱਕ ਕਰੋ ਆਰ ਪਾਰ ਇਹਦਾ ਨਜ਼ਰ ਆਉਂਦਾ ਹੈਗਾ ਗਰਮ ਚੀਜ਼ਾਂ। ਤੇ ਹੁਣ ਇਹਦੇ ਵਿੱਚ ਜਿਹੜਾ ਫਰੂਟ ਦਾ ਜਿਹੜਾ ਬਣਾ ਲਿਆ ਕਰਾਂਗੇ, ਮਿਲਕ ਸ਼ੇਕ ਬਣਾ ਲਿਆ ਜਾਂ ਨਾਰਾ ਦਾ ਜੂਸ ਕੱਢ ਲਿਆ, ਸੇਬਾਂ ਦਾ ਕੱਢ ਲਈ ਚੀਜ਼ਾਂ ਦਾ ਕੱਢ ਕੇ ਨਾ, ਤੇ ਉਹ ਪੀਤਾ ਕਰਾਂਗੇ, ਤੇ ਤੁਸੀਂ ਸਾਰੇ ਬਣਾ ਬਈ ਦੁਆ ਕਰਨੀ ਕਿ ਅੱਲਾ
ਇਸੇ ਵਕਤ ਮੇਰੀ ਤਬੀਅਤ ਖਰਾਬ ਹੋਣੀ ਨਾ, ਉਸੇ ਵਕਤ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਹਿਸਾਬ ਦਾ ਫਿਰ ਦੁਆ ਆਉਣਾ ਹੀ ਕੋਈ ਨੀ, ਤੇ ਅੱਲਾਹ ਪਾਕ ਦਾ ਸ਼ੁਕਰ ਜਿਸੇ ਠੀਕ ਹੋ ਜਾਂਦੀ ਉਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਇਹਨੂੰ ਹੈ ਹੀ ਕੁਛ। ਤੁਸੀਂ ਦੇਖਦੇ ਜਦੋਂ ਅੰਮੀ ਜਾਨ ਠੀਕ ਹੋਣੀ ਮਹਿਸੂਸ ਹੀ ਨਹੀਂ ਹੁੰਦਾ ਕੋਈ ਬਿਮਾਰੀ ਹੈ ਜਾਂ ਨਹੀਂ ਹੈਗਾ, ਲੇਕਿਨ ਜਦੋਂ ਫਿਰ ਜ਼ਿਆਦਾ ਜਿਹੜਾ ਦਿਨ ਗਰਮੀ ਹੋਵੇ ਨਾ ਉਸ ਦਿਨ ਇਹਨਾਂ ਨੂੰ ਇਹ ਹੈਪੇਟਾਈਟਿਸ ਸੀ ਵਾਲਾ ਮਸਲਾ ਬਣ ਜਾਂਦਾ, ਘਬਰਾਹਟ ਵਗੈਰਾ ਬਹੁਤ ਜ਼ਿਆਦਾ, ਉਦੋਂ ਥਾਇਰਾਇਡ ਹੈਗਾ, ਥਾਇਰਾਇਡ ਜਦੋਂ ਸਮਝ ਲਓ ਮਸਲਾ ਬਣਦਾ ਨਾ ਉਦੋਂ ਤੋਂ ਫਿਰ ਬਹੁਤ ਜ਼ਿਆਦਾ ਅੰਮੀ ਜਾਨ ਤਬੀਅਤ। ਅਤੇ ਜੂਸਰ ਮਸ਼ੀਨ ਤਾਂ ਹੁਣ ਅਨਬੋਕਸ ਕਰ ਲਈ ਹੈਗੀ, ਤੁਹਾਨੂੰ ਦਿਖਾ ਦਿੱਤੀ ਹੈਗੀ, ਬਸ ਹੁਣ ਜਿਹੜਾ ਫਰੂਟ ਵਗੈਰਾ ਲਾਇਆ ਹੋਇਆ ਸੀਗੇ ਉਹਦਾ ਹੁਣ ਜੂਸ ਬਣਾਉਂਦੇ ਹਾਂ ਅੱਗੇ ਅਤੇ ਪੀਨੇ ਆ ਗਏ, ਅੱਜ ਤਾਂ ਮਜ਼ਾ ਹੀ ਆ ਗਿਆ ਹੈਗਾ। ਮਾਸ਼ਾਅੱਲਾ ਜੀ ਫਰਿੱਜ ਹੈਗੀ ਆਪਣੀ, ਇਹ ਵੀ ਵਿੱਚੋਂ ਹੁਣ ਫਰੂਟ ਨਾ ਭਰੀ ਰਹੀ ਕਰੇਗੀ ਇਨਸ਼ਾਅੱਲਾ ਤਾਲਾ, ਇਸੇ ਤਰ੍ਹਾਂ ਨਾ ਇਹਦੇ ਵਿੱਚ ਫਰੂਟ ਰੱਖਿਆ ਕਰਨਾ ਹੈਗਾ ਅਤੇ ਮਿਲਕ ਸ਼ੇਕ ਲਈ ਕੇਲੇ ਵਗੈਰਾ ਜਿਹੜੇ ਨਾ ਇਸੇ ਤਰ੍ਹਾਂ ਇਕੱਠੇ ਲਿਆਇਆ ਕਰਾਂਗੇ, ਇੱਦਾਂ ਆੜੂ ਵਗੈਰਾ ਜਿਹੜੇ ਨਾ ਦੁਪਹਿਰ ਟਾਈਮ ਅਸੀਂ ਇਕੱਠਾ ਸਾਰਾ ਫਰੂਟ ਲਿਆਇਆ ਸੀਗੇ, ਕਿਲੋ ਕਿਲੋ ਇਹ ਲਏ ਸੀਗੇ, ਤਕਰੀਬਨ 2.5 ਦਰਜਨਾ ਕੇਲਾ ਅਤੇ ਕਿਲੋ ਜਿਹੜੇ ਨਾ ਮੈਂਗੋ ਹੀ ਲਿਆਏ ਸੀਗੇ, ਇਹਨਾਂ ਦੇ ਜੂਸ ਵਗੈਰਾ ਬਣਾਇਆ ਕਰਾਂਗੇ। ਇਸੇ ਤਰ੍ਹਾਂ ਇਨਸ਼ਾਅੱਲਾ ਤਾਲਾ ਥੱਲੇ ਵਾਲਾ ਖਾਣਾ ਆ ਭਰਿਆ ਰਿਹਾ ਕਰੇਗਾ ਹੁਣ ਗਾਰੇ 'ਚ ਫਰੂਟ ਦਾ। ਦੁੱਧ ਦੁੱਧ ਇੱਧਰ ਆ ਹੀ ਪਿਆ ਨਾ, ਮਿਲਕ ਸ਼ੇਪ ਲਈ ਦੁੱਧ ਹੀ ਪਿਆ ਹੈਗਾ। ਅਤੇ ਅੰਮੀ ਜਾਨ ਜਿਹੜੀਆਂ ਨਾ ਜੱਗ ਵਿੱਚੋਂ ਅੱਛੀ ਤਰ੍ਹਾਂ ਵਾਸ਼ ਕਰਕੇ ਲੈ ਆਈਆਂ ਨੇਗੀਆਂ, ਅਤੇ ਇਹਦੇ ਵਿੱਚ ਜਿਹੜਾ ਨਾ ਦੁੱਧ ਪਹਿਲੇ ਪਾਉਣਾ ਹੈਗਾ, ਉਸ ਤੋਂ ਬਾਅਦ ਫਿਰ ਉਹ ਤੋਂ ਫਰੂਟ ਵਗੈਰਾ ਪਾ ਕੇ ਨਾ ਅਤੇ ਮਿਲਕ ਸ਼ੇਪ ਬਣਾਉਣਾ। ਅਤੇ ਪਹਿਲੇ ਦੁੱਧ ਅੱਛੀ ਤਰ੍ਹਾਂ ਨਾ ਪੋਣੀ ਨਾਲ ਛਾਣ ਕੇ ਅਤੇ ਪਾਵਾਂਗੇ, ਕਿ ਕੋਈ ਇਹਨਾਂ ਵਿੱਚ ਆਉਂਦਾ ਹੈਗਾ ਜ਼ਰਾਤ ਵਗੈਰਾ ਨਾ ਜਾਵਣ ਥੱਲੇ। ਵੈਸੇ ਦੁੱਧ ਤਾਂ ਅੰਮੀ ਜਾਨ ਦੇ ਮਾਮੂ ਨੇ ਨਾ ਸਾਡੇ ਪੜੋਸੀ ਅਤੇ ਉਹਨਾਂ ਕੋਲ ਲਿਆ ਹੈਗਾ ਡੇਲੀ, ਇਸੇ ਤਰ੍ਹਾਂ ਅਗਰ ਉਹਨਾਂ ਦਿੱਤੀ ਰੱਖਿਆ ਨਾ ਤਾਂ ਇਹਨਾਂ ਕੋਲ ਦੁੱਧ ਲੈਂਦੇ ਰਹਾਂਗੇ, ਫਿਰ ਇਹਨਾਂ ਮਹੀਨੇ ਦਾ ਇਕੱਠਾ ਹਿਸਾਬ ਕਰ ਲਿਆ ਜਿਸ ਤਰ੍ਹਾਂ ਵੀ ਹੈਗਾ। ਵੈਸੇ ਯਕੀਨਨ ਨਾ ਕਦੀ ਕਦੀ ਹਾਲਾਤ ਕੁਛ ਇਸ ਤਰ੍ਹਾਂ ਹੋ ਜਾਂਦੇ ਨੇਗੇ ਕਿ ਮਹੀਨੇ ਦੇ ਇਕੱਠੇ ਪੈਸੇ ਨਹੀਂ ਦਿੱਤੇ ਜਾਂਦੇ, ਅਗਰ ਕੋਲ ਬੰਦੇ ਨਗਦ ਹੋਣ ਨਾ ਤਾਂ ਨਗਦ ਹੀ ਡੇਲੀ ਦਿੱਤੀ ਰੱਖੇ ਉਹ ਬਿਹਤਰ ਰਹਿੰਦਾ, ਕੋਈ ਇਸੇ ਤਰ੍ਹਾਂ ਇੰਤਜ਼ਾਮ ਬਣਾਵਾਂਗੇ ਦੇਖਾਂਗੇ ਨਾ। ਅਤੇ ਅੰਮੀ ਜਾਨ ਜਿਹੜੇ ਕੇਲੇ ਚੱਕ ਲਿਆ ਹੀ ਨੇ, ਕੇਲਿਆਂ ਦਾ ਸਿਰਫ ਬਣਾਉਣ ਲੱਗੇ, ਇਹਦੇ 'ਚ ਅੰਬ ਵੀ ਪਾ ਦਿਓ, ਕੇਲੇ ਤਾਂ ਅੰਬ ਦਾ ਮਿਕਸ ਬਣਾ ਲਓ। ਹਾਂ ਫੈਮਿਲੀ ਸਾਡੀ ਅੱਛੀ ਖਾਸੀ ਹੈਗੀ, ਬੱਚੇ ਥੋੜਾ ਬਹੁਤ ਦੋ ਤਿੰਨ ਚੋਰ ਬਣਾ ਲੈਂਦੇ ਹਾਂ। ਅਤੇ ਮਾਸ਼ਾਅੱਲਾ ਜੀ ਸੈਕਿੰਡ ਜੱਗ ਵੀ ਜਿਹੜਾ ਨਾ ਬਣ ਗਿਆ ਹੈਗਾ,
ਐਲਾ ਵੱਡਾ ਜੱਗ ਭਰਿਆ ਗਿਆ ਹੈਗਾ ਮਾਸ਼ਾਅੱਲਾ। ਹਾਂਜੀ ਉਹਨਾਂ ਦੇ ਵਿੱਚ ਜਿਹੜੀ ਬਰਫ ਕੁੱਟ ਕੇ ਪਾ ਲਵਾਂਗੇ ਠੰਡਾ ਕਰਕੇ, ਜਿੰਨੇ ਮੈਂ ਪੀਣਾ ਪੀ ਲਵਾਂਗਾ, ਬਾਕੀ ਬੱਚਿਆਂ ਨੂੰ ਜਿਹੜਾ ਉਹ ਹੀ ਪਿਲਾ ਦੇਵਾਂਗੇ ਜੀ। ਤੇ ਬਰਫ ਦੇ ਵਿੱਚ ਜੀ ਇਹਨੂੰ ਪਾ ਦਿੰਦੇ ਹਾਂ ਕਿ ਠੰਡਾ ਠੰਡਾ ਹੋ ਜਾਵੇਗਾ। ਮੈਂ ਤਾਂ ਬਾਅਦ ਜਾ ਕੇ ਚੈੱਕ ਕਰਨਾ ਅਬੂ ਜਾਨ। ਹੈਲੋ ਮਿਲਕ ਸ਼ੇਪ ਆ ਗਿਆ, ਜਿੰਨਾ ਦਾ ਗਾੜਾ ਬਣਿਆ ਮੈਨੂੰ ਪਤਾ, ਬੜਾ ਮਜ਼ੇਦਾਰ ਹੋਣਾ ਜਿਵੇਂ ਠੰਡਾ ਠੰਡਾ। ਤੁਸੀਂ ਥੱਕੇ ਹੋ ਮੇਰੀ ਤਾਂ ਅਬੂ ਜਾਨ ਨੇ ਦਰਅਸਲ ਇਕੱਲੇ ਜਣੇ ਨੇ ਦੁਕਾਨ ਜਿਹੜੀ ਸਾਰੀ ਕਲੋਜ਼ ਕੀਤੀ ਹੈਗੀ, ਮੈਂ ਉੱਧਰ ਮਸਰੂਫ ਸੀਗਾ ਅਤੇ ਇਹਨਾਂ ਨੇ ਕਲੋਜ਼ ਕੀਤੀ। ਹਾਂਜੀ ਠੀਕ ਹੈ, ਠੰਡਾ ਜ਼ਬਰਦਸਤ ਬਣਿਆ। ਅਤੇ ਚਲੋ ਜੀ ਮੈਂ ਵੀ ਚੱਲ ਕੇ ਚੈੱਕ ਕਰਨਾ, ਅਤੇ ਮੈਂ ਵੀ ਹੁਣ ਫਿਰ ਚੈੱਕ ਕਰਨਾ ਹੈਗਾ ਕਿ ਜਿਸ ਤਰ੍ਹਾਂ ਉੱਤੋਂ ਮਿਲਕ ਸ਼ੇਪ ਹੈ ਨਾ, ਮੈਨੂੰ ਪਤਾ ਹੈਗਾ ਬੜਾ ਮਜ਼ੇਦਾਰ ਹੋਣਾ। ਚਲੋ ਜੀ ਮਜ਼ੇਦਾਰ। ਜਿਹੜੀ ਅੱਜ ਮਸ਼ੀਨ ਲੈ ਆ ਨਾ ਯਕੀਨਨ ਉਹਦੇ ਪੈਸੇ ਅੱਜ ਹੀ ਪੂਰੇ ਹੋ ਗਏ ਨੇ, ਜਿਹੜਾ ਮੈਂ ਇੱਕ ਗਿਲਾਸ ਪੀਤਾ ਹੈਗਾ ਯਕੀਨਨ ਦਿਲ ਨੂੰ ਸਕੂਨ ਮਿਲ ਗਿਆ। ਉਮੀਦ ਹੈਗੀ ਕਿ ਇਸੇ ਤਰ੍ਹਾਂ ਅਗਰ ਡੇਲੀ ਅੰਮੀ ਜਾਨ ਪੀਂਦੀ ਹੈ ਰਹਿਣ ਨਾ ਜੂਸ, ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਜਿਹੜੀ ਵੀ ਬਿਮਾਰੀ ਹੈਗੀ ਇਨਸ਼ਾਅੱਲਾ ਤਾਲਾ ਖਤਮ ਹੋ ਜਾਵੇਗੀ, ਕਿਉਂਕਿ ਇਹਦੇ ਨਾਲ ਬੜਾ ਦਿਲ ਨੂੰ ਸਕੂਨ ਮਿਲਦਾ ਹੈਗਾ। ਅਤੇ ਉਧਰੋਂ ਅੱਜ ਦਾ ਇਹ ਵਿਲਾਗ ਹੈ ਛੋਟਾ ਮੋਟਾ ਹੀ ਬਣਿਆ ਹੈਗਾ, ਅਸੀਂ ਮੈਨੇਜ ਕਰਨਾ। ਹੁਣ ਤਾਂ ਫੋਨ ਦੀ ਹਾਲਤ ਕੁਛ ਇਸ ਤਰ੍ਹਾਂ ਹੋਈ ਖੜੀ ਹੈਗੀ ਕਿ ਬਾਰ ਬਾਰ ਫੋਨ ਬੰਦ ਹੋ ਜਾਂਦਾ ਹੈਗਾ, ਫਿਰ ਇਹਨੂੰ ਠੀਕ ਕਰਕੇ ਚਲਾਉਣਾ ਪੈਂਦਾ। ਕਲਿਪ ਬਹੁਤ ਮੁਸ਼ਕਿਲ ਹੈ, ਇਹ ਵੀ ਬਣਾ ਰਿਹਾ ਹੈਗਾ। ਅਤੇ ਇਨਸ਼ਾਅੱਲਾ ਤਾਲਾ ਸੁਬਹਾ ਦੇ ਵਿਲਾਗ ਫਿਰ ਮਿਲਾਂਗੇ, ਦੇਖਣੇ ਹੈਗਾ ਸੁਬਹਾ ਫੋਨ ਸਾਥ ਦਿੰਦਾ ਜਾਂ ਨਹੀਂ ਦਿੰਦਾ, ਅੱਲਾ ਪਾਕ ਕਰਮ ਕਰੇਗਾ ਕੋਈ ਨਾ। ਅਸੀਂ ਦੁਆ ਕਰਦੇ ਰਿਹਾ ਕਰੋ ਅਤੇ ਅੰਮੀ ਜਾਨ ਲਈ ਦੁਆ ਕੀਤੀ ਕਰੋ, ਅੱਲਾ ਪਾਕ ਇਹਨਾਂ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਅਦਾ ਕਰੇ, ਕਿ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਬਣੀ ਰਹਿੰਦੀ ਅੰਮੀ ਜਾਨ ਦੀ ਸਿਹਤ ਨੂੰ ਲੈ ਕੇ। ਅਤੇ ਉਧਰ ਠੀਕ ਹੈ ਜੀ, ਆਪਣੇ ਵਾਲਾ ਜਿਹਾ ਵਿਲਾ ਕੇ ਅਤੇ ਖਤਮ ਕਰਨਾ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਕਰ ਲੈਣਾ, ਕਿ ਦੋਸਤ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਓਕੇ ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼।